बिस्मिल्लाहिर्रहमानिर्रहीम, अस्सलाम वालेकुम दोस्तों। मैं उम्मीद करना शायद दोस्त ठीक ठाक हो। सुना अपना भ्रा काजी रिजवान अपने यूट्यूब चैनल काजी रिजवान के नाल हाजिर हो गया। मैं मौजूद हूँ बोवा कला, ठीक है। बाकी तुसें इत्थां ने बोनी कबट्टानी खूहानी बानी वीडियो दसा। सब तो पहल मैं चाचू की जानना को ना, खैर लेकिन वो जानने से इस ग्रां ने बोवा कला ने रहने लगे। अच्छा जी, अंकल अफताब साहब यूके तो ਉਹਨਾਂ ਰਾਤੀ ਮੈਂ ਮੈਸੇਜ ਕੀਤਾ, ਮੈਨੂੰ ਨਹੀਂ ਪਤਾ ਉਹਨਾਂ ਨੰਬਰ ਕਿੱਥੋਂ ਕੱਢਿਆ ਤਾਂ ਕਿੱਸਾ ਕੱਢਿਆ, ਠੀਕ ਹੈ। ਉਹ ਬੋਲੇ ਗ੍ਰਾਂ ਨੇ ਇੱਕ ਖੁਸ਼ੀ ਹੋਣੀ ਹਮੇਸ਼ਾ ਸਾਂ ਪਾਈਕਾਦਰ ਸਾਹਿਬ ਮਲਕਟ ਸ਼ੇਰ ਸਾਹਿਬ ਹਰ ਵੀਡੀਓ 'ਚ ਅਸਾਂ ਇਹ ਗੱਲ ਬਾਣੀ ਹੋਣੀ ਕਿ ਜਿਸ ਗ੍ਰਾਂ ਆ ਜਿੱਥੇ ਕੋਈ ਮਕਾਨ ਹੈ ਉਹ ਅਸੀਂ ਦੱਸੋ ਕਿ ਵਾਕਈ ਇਸ ਜਗ੍ਹਾ ਸਾਡਾ ਮਕਾਨ ਸੀ, ਇੱਥੇ ਅਸਾਂ ਰਹਿਣੇ ਸਾਂ। ਅੰਕਲ ਨੇ ਜਿਹੜਾ ਮੈਂ ਮੈਸੇਜ ਕੀਤਾ, ਮੈਂ ਬੜੀ ਖੁਸ਼ੀ ਹੋਈ ਹੈ। ਤਾਂ ਅੰਕਲ ਆਇਆ ਕਿ ਤੁਸੀਂ ਬਹੁਤ ਨਹੀਂ ਵੀਡੀਓ ਬਹੁਤ ਘੱਟ ਬਣਾਉਣੇ ਹੋ, ਡਮਾਲ ਨਾਲ ਜ਼ਿਆਦਾ ਬਣਾਉਣੇ ਹੋ। ਅੰਕਲ ਡਮਾਲ ਮਾਰਾ ਦਿਲ ਅਤੇ ਬਵਾਈ ਮਾਰਾ ਦਿਲ, ਕਿਉਂਕਿ ਦੋ ਇੱਕ ਬਰਾਬਰ ਗ੍ਰਾਂਸ ਨੂੰ ਇੱਕ ਦੋਵਾਂ ਇਹਨਾਂ ਨਾਲ ਗ੍ਰਾਮਾਂ ਨਾਲ ਇੱਕ ਰਿਸ਼ਤਾ ਵੈ ਔਰ ਬਚਪਨ ਇਹਨਾਂ ਰੋਡਾਂ ਪਰ ਗੁਜ਼ਰਿਆ ਇਹਨਾਂ। ਅੱਛਾ ਜੀ, ਅੰਕਲ ਸਾਹਿਬ ਨਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ, ਕਿਉਂਕਿ ਉਹਨਾਂ ਇੱਕ ਫਰਮਾਇਸ਼ ਕੀਤੀ ਸੀ ਕਿ ਇਹ ਬੋਨੀ ਵੀਡੀਓ ਬਣਾਉਣੀ ਹੈ, ਅਤੇ ਬੋਨੀ ਵੀਡੀਓ ਮੈਂ ਸਪੈਸ਼ਲ ਅੰਕਲ ਅਫਤਾਬ ਵਾਸਤੇ ਇਹ ਨਹੀਂ ਜਿਹੜੀ ਇੰਨੀ ਵੀਡੀਓ ਔਰ ਖੁਸ਼ੀ ਹੋਣੀ ਹੈ। ਬਾਕੀ ਅਗਰ ਕੋਈ 2000 ਕਿਸੇ ਗ੍ਰਾਂ ਨਾਲ ਰਹਿਣਾ ਉਹ ਵੀਡੀਓ ਤੱਕਣਾ ਉਸੀ ਵੀਡੀਓ ਪਸੰਦ ਆਉਣੀ ਹੈ ਅਤੇ ਉਹ ਜ਼ਰੂਰ ਦੱਸਿਆ ਕਰਨ, ਤੇ ਜ਼ਰੂਰ ਵੀਡੀਓ ਬਣਾਇਆ ਕਰ ਸਾਂ। ਉਸ ਤੋਂ ਬਾਅਦ ਅੰਕਲ ਇਹ ਪਾਰ ਸਾਹਮਣੇ ਬੋਲੀ ਦਰਬਾਰ, ਠੀਕ ਹੈ, ਦਰਬਾਰ ਸ਼ਰੀਫ। ਉਸ ਤੋਂ ਬਾਅਦ ਤੁਸੀਂ ਇਸ ਦਰਬਾਰ ਨਾਲ ਜਾਈ ਗੱਲ, ਤੁਸੀਂ ਇੱਕ ਆਉਣੇ ਹੋ ਮਾੜਾ ਇੱਥੇ ਬਚਪਨ ਗੁਜ਼ਰਿਆ, ਲੇਕਿਨ ਅਰਸਾ ਹੋ ਗਿਆ ਤੁਸੀਂ ਇੰਗਲੈਂਡ ਗਏ ਹੋ। ਇਹ ਖੂਹ, ਠੀਕ ਹੈ, ਇਹ ਖੂਹ ਹੈ ਜਿੱਥੋਂ ਪਾਣੀਆਂ ਨੇ ਸਪਲਾਈ ਜਾਣੀ ਹੋਣੀ ਸੀ ਬਿਲਕੁਲ ਇਹ ਦਰਬਾਰ ਨਾਲ ਸੀ ਐ ਤੱਕ ਕਿੰਨੋ। ਅਤੇ ਬਾਕੀ ਤੁਸੀਂ ਦੱਸਣੇ ਹੋ ਇਹ ਨਾਲ ਟੈਂਕੀ ਹੈ, ਠੀਕ ਹੈ, ਜਿੱਥੇ ਇਸ ਖੂਹ ਨਾਲ ਪਾਣੀ ਉੱਥੇ ਜਾਣਾ ਹੋਣਾ ਸੀ ਅਤੇ ਇਸ ਟੈਂਕੀ ਪੜੀ ਤਾਂ ਮੂਰੀ ਸਪਲਾਈ ਅੱਗੇ ਜਾਣੀ ਹੋਣੀ ਸੀ। ਇਹ ਨਾਲ ਹੀ ਮਸਜਿਦ ਹੈ ਦਰਬਾਰ ਨੇ, ਠੀਕ ਹੈ, ਤੱਕੀ ਕਿੰਨੋ ਮਸਜਿਦ, ਇਹ ਮਸਜਿਦ ਹੈ ਦਰਬਾਰ ਨੇ ਐਦ ਇਹ ਪਾਣੀ ਸਪਲਾਈ ਨਾਲ ਜਾਣਾ ਹੋਣਾ ਸੀ, ਠੀਕ ਹੈ। ਬਾਕੀ ਜਿੱਥੇ ਤੁਸੀਂ ਮਿੱਕੀ ਯਾਦ ਹੈ ਜਾਂ ਜਿੱਥੇ ਜੀਆਂ ਮੈਂ ਆਉਣਾ ਰਿਹਾ, ਇੱਥੇ ਨਾਲ ਹੀ ਇਹ ਸਕੂਲ ਆਉਣਾ ਸੀ ਲੜਕੀਆਂ ਨਾਲ, ਲੜਕੀਆਂ ਨਾਲ ਸਕੂਲ ਆਉਣਾ ਸੀ ਇਹ ਬੋਆ ਕਲਾਂ, ਠੀਕ ਹੈ। ਨਾਲ ਹੀ ਇਹ ਦੂਸਰੀ ਦਰਬਾਰ, ਇਹ ਹੀ ਤੁਸੀਂ ਦੱਸਣੇ ਹੋ ਇਹ ਨਾਲ ਇੱਥੇ ਲੜਕੀਆਂ ਨਾਲ ਸਕੂਲ ਆਉਣਾ ਸੀ, ਕਿਉਂਕਿ ਹੁਣ ਇੱਕ ਡੈਮ ਇੰਨੀ ਵਜ੍ਹਾ ਤੋਂ ਜਿਹੜੇ ਅਸੀਂ ਕੁਰਬਾਨੀਆਂ ਦਿੱਤੀਆਂ ਮੁਤਾਸਰ ਹੋਇਆ ਉਸ ਵਜ੍ਹਾ ਤੋਂ ਹੁਣ ਇਤਨੀ ਸਮਝ ਨਹੀਂ ਲੱਗਣੀ ਕਿ ਕਿਹੜੀ ਜਗ੍ਹਾ ਇੱਥੇ ਸੀ ਅਤੇ ਕਿਹ ਸਿਸਟਮ ਸੀ, ਲੇਕਿਨ ਮਾੜੇ ਸਾਹਿਬ ਜਿੱਥੇ ਸਕੂਲ ਸੀ, ਠੀਕ ਹੈ, ਸਭ ਕਈ ਕਰਫਰਮ ਇੱਥੇ ਸਕੂਲ ਸੀ, ਠੀਕ ਹੈ। ਉਸ ਤੋਂ ਬਾਅਦ ਇਹ ਦਰਬਾਰ, ਠੀਕ ਹੈ, ਉਹ ਦਰਬਾਰ ਹੈ ਨਾਲ ਹੀ ਸੀ ਜੀ ਬੋਲੀ ਨਾਲ ਹੀ ਇਹ ਦਰਬਾਰ ਹੈ, ਠੀਕ ਹੈ, ਇਹ ਕਬਰ ਮੁਬਾਰਕ ਹੋਏ ਦਰਖਤ ਵਗੈਰਾ ਇਹ ਤੁਸੀਂ, ਅਤੇ ਬਾਕੀ ਹੈਗਾ ਜੁਲਸਾਂ ਤੁਸੀਂ ਕਬਰਸਤਾਨ ਟੈਂਕੀ ਜਿਹੜੀ ਕੋਈ ਮੈਂ ਯਾਦ ਹੈ ਚੀਜ਼ਾਂ, ਠੀਕ ਹੈ, ਉਹ ਚੀਜ਼ਾਂ ਦੱਸਾਂ ਇਹ ਨਾਲ ਹੀ ਭੁੱਲੀ ਹੈ, ਠੀਕ ਹੈ, ਉਹ ਜਗ੍ਹਾ ਚੀਜ਼ਾਂ ਤੁਸੀਂ ਦੱਸਾਂ। ਅਸਲਾਮ ਵਾਲੇਕੁਮ ਸਰ। ਵਾਲੇਕੁਮ ਸਲਾਮ। ਪਹਿਲਾਂ ਆਪਣਾ ਨਾਮ ਪੁੱਛਾਂ, ਲੈ ਥੋੜ੍ਹਾ ਜਿਹਾ ਜ਼ੋਰ ਲੈ ਕੇ, ਮੁਹੰਮਦ ਵਸੀਮ ਮੇਰਾ ਨਾਮ ਹੈ, ਠੀਕ ਹੈ। ਅਸਲਾਮ ਵਾਲੇਕੁਮ, ਤੁਸੀਂ ਨਾ? ਮੁਹੰਮਦ ਅਨੀਫ। ਅੱਛਾ ਜੀ, ਮੈਂ ਇਹਨਾਂ
ਦੋਸਤਾਂ ਨਾਲ ਮੁਲਾਕਾਤ ਹੋਈ ਹੈ, ਅਜਿਹੀ ਗੱਲ ਮੈਂ ਜਾਣਨਾ ਤਾਂ ਹੈ ਵਾਂ ਇਹਨਾਂ ਦਾ ਨਾਂ ਕਿ ਤੁਸਾਂ ਕੋਲ ਇੰਨਾ ਪੁੱਛਿਆ ਤਾਂ ਕਿ ਤੁਸੀਂ ਦੋਸਤਾਂ ਕੀ ਬਾਣੇ ਨਾ ਇਹਨਾਂ ਮੈਂ ਸਲਾਮ ਜਵਾਬ ਜੇ ਮੈਂ ਵੀਡੀਓ ਬਣਾਉਣ ਲੱਗਿਆ ਸਾਂ ਅੰਕਲ ਅਫਤਾਬ ਬਣਾਉਣੇ ਨਾਂ ਕਿੰਨੇ ਤਾਂ ਇਹਨਾਂ ਕੋਲ ਮੈਂ ਪੁੱਛਿਆ ਇੰਨਾ ਆਇਆ ਅਸਾਂ ਤਾਂ ਉਹਨਾਂ ਨੇ ਮਕਾਨਾਂ ਹੀ ਰਹਿੰਦੇ ਹਾਂ, ਲੇਕਿਨ ਮਜ਼ੀਦ ਅੰਕਲ ਨੇ ਬਾਰੇ 'ਚ ਇਹਨਾਂ ਕੋਲ ਪੁੱਛਾਂ ਔਰ ਮੈਂ ਪੁੱਛਾਂ ਕਿ ਅੰਕਲ ਨਾ ਮਕਾਨ ਕਿਹੜੀ ਜਗ੍ਹਾ। ਅੱਛਾ ਵਸੀਮ ਸਾਹਿਬ, ਅੱਛਾ ਮਿਕੀ ਇਹ ਦੱਸੋ ਅੰਕਲ ਅਫਤਾਬ ਨੇ ਮਕਾਨ ਨਾ ਤੁਸੀਂ ਰਹਿੰਦੇ ਹੋ? ਜੀ ਹਾਂ। ਉਹਨਾਂ ਮਕਾਨ ਕਿਹੜੀ ਸਾਈਡ ਸੀ? ਮਕਾਨ ਔਰ ਟੈਂਕੀ ਹੈ ਉਸਨੇ ਸਿੱਧੀ ਥੱਲੇ ਮਕਾਨ ਹੈ ਜਿਹੜੀ ਉਹ ਬੜੀ ਟੈਂਕੀ ਹੈ। ਜੀ ਹਾਂ, ਉਸਨੇ ਸਿੱਧੀ ਥੱਲੇ ਮਕਾਨ ਹੈ ਉਹਨਾਂ ਨਾਲ। ਠੀਕ ਹੈ, ਕਿਤਨਾ ਅਰਸਾ ਉਹਨਾਂ ਨੇ ਮਕਾਨਾਂ 'ਚ ਰਹੇ ਹੋ? ਅਸਾਂ ਉਹਨਾਂ ਨੇ ਮਕਾਨਾਂ 'ਚ ਸਮਝੋ ਕਿ 24 ਸਾਲ ਰਹੇ ਹਾਂ ਉਹਨਾਂ ਦੇ ਮਕਾਨ। 24 ਸਾਲ? ਜੀ ਹਾਂ। ਮਾਸ਼ਾਅੱਲਾ ਅੰਕਲ, ਨਾ ਲੈ ਜਾ ਮਾਸ਼ਾਅੱਲਾ ਮਾਰੇ ਨਾਲ ਤਾਂ ਜਿਸਾ ਗੱਲ ਹੋਈ ਹੈ ਪਹਿਲੀ ਦਫਾ ਹੋਈ ਹੈ, ਲੇਕਿਨ ਮੇਰੀ ਬੜੀ ਜ਼ਬਰਦਸਤ ਉਹਨਾਂ ਨੇ ਇੱਕ ਲੈ ਜਾ ਅਸਾਂ ਕੋ ਨਹੀਂ, ਅਸਾਂ ਫੈਮਿਲੀ ਤਰ੍ਹਾਂ ਉਹਨਾਂ ਨਾਲ ਰਹਿੰਦੇ ਨੇ ਜਿਸਾ ਅਸਾਂ ਕਿ ਉਹ ਪੁੱਤਰ ਜਿਸਾ ਸਮਝਦੇ ਨੇ ਇਸ ਤਰੀਕੇ ਨਾਲ ਅਸਾਂ ਉਹਨਾਂ ਨਾਲ ਕੰਮ ਕੀਤਾ ਸਾਡੇ ਨਾਲ ਬਹੁਤ ਅੱਛੇ ਰਹਿਣ ਜੇ ਚਲੇ ਬੋਆ ਵਸਣਾ ਰਿਹਾ ਬਹੁਤ ਅੱਛਾ ਉਹਨਾਂ ਸਾਡੇ ਨਾਲ ਕੰਪਲੀਟ ਕੀਤਾ ਅਸਨੇ ਰਹਿਣ ਫੈਮਿਲੀ ਤਰ੍ਹਾਂ ਰਹਿਣੇ ਨੇ ਮੁੜੀ ਆਪਣਾ ਇੰਗਲੈਂਡ ਚਲਾ ਜਾਣੇ ਨੇ। ਬਿਲਕੁਲ, ਚਲੋ ਮੈਂ ਥੋੜ੍ਹਾ ਜਿਹੀ ਹੁਣ ਅਗਰ ਟਾਈਮ ਮਿਲਿਆ ਤੁਸੀਂ ਤਾਂ ਜਿੱਥੇ ਖੈਰ ਤੁਸੀਂ ਜਿੱਥੇ ਰਹਿਣ ਸੋ ਮੇਰੀ ਯਾਦ ਹੈ ਮਸਜਿਦ ਨਾਲ ਹੀ ਸੁਣ। ਜੀ ਹਾਂ, ਮਸਜਿਦ ਨਾਲ। ਮਸਜਿਦ ਨਾਲ ਤੁਸੀਂ ਮਕਾਨ, ਮੈਂ ਕੋਸ਼ਿਸ਼ ਕਰਦਾ ਕਿ ਅਗਰ ਉੱਥੇ ਕੋਈ ਨਿਸ਼ਾਨੀ ਵਗੈਰਾ ਹੋਈ। ਨਿਸ਼ਾਨੀ ਵੀ ਹੈ, ਮਤਲਬ ਕਿ ਉਹ ਦੀਵਾਰ ਬਣਤੀ ਵੀ ਹੈ ਉਹਨਾਂ ਨੇ, ਕੰਕਰੀਟ ਦੀ ਦੀਵਾਰ ਹੈ। ਠੀਕ ਹੈ, ਉਹਨਾਂ ਨਾਲ ਪੂਰਾ ਮਤਲਬ ਕਿ ਬਣਤੇ ਆ ਨਕਸ਼ਾ ਕੰਕਰੀਟ ਦੀ ਦੀਵਾਰ ਹੈ ਉੱਥੇ ਜਾ ਸਕਦਾ ਕਿ ਆਪਣੇ ਆਪ ਪਤਾ ਲੱਗੀ ਜੈਸੀ ਕਿ ਇਹ ਅੰਕਲ ਅਫਤਾਬ ਰਹਿਣਾ। ਜੀ ਹਾਂ, ਜਗ੍ਹਾ ਸੀ ਮਕਾਨ ਸੀ। ਠੀਕ ਹੈ, ਮੈਂ ਪੂਰੀ ਪੂਰੀ ਕੋਸ਼ਿਸ਼ ਕਰਦਾ ਅੰਕਲ ਕਿ ਉੱਥੇ ਜਾਣੇ ਨਹੀਂ, ਔਰ ਜਿਸ ਤਰ੍ਹਾਂ ਇਹਨਾਂ ਦੱਸਿਆ ਜਾਏ ਜਿੱਥੇ ਰਹਿਣੇ ਸਨ ਮੈਂ ਪਤਾ ਹੈ ਕਿੱਥੇ ਰਹਿਣੇ ਸਨ ਤਾਂ ਉੱਥੇ ਮੈਂ ਜ਼ਰੂਰ ਜੇ ਤਾਂ ਉਹ ਜਗ੍ਹਾ ਦੱਸਾਂ ਔਰ ਤੁਸਾਂ ਮਕਾਨ ਮੈਂ ਜ਼ਰੂਰ ਦੱਸਾਂ। ਬੋਲੀ ਦਰਬਾਰ ਨੇ ਅੰਦਰ ਮੈਂ ਦਾਖਲ ਹੋਈ ਤਾਂ ਅੰਦਰੋਂ ਤੁਸੀਂ ਬੋਲੀ ਦਰਬਾਰ ਦੱਸਣੇ ਹੋ ਤਾਂ ਉਸ ਤੋਂ ਬਾਅਦ ਫਿਰ ਅੱਗੇ ਜੁਲਸਾਂ ਮਗਲਾ ਡੈਮ ਤਰ ਮਗਲਾ ਡੈਮ ਨਹੀਂ ਤੁਸੀਂ ਵੀਡੀਓ ਦੱਸਾਂ। ਯਕੀਨਨ ਤੁਸੀਂ ਅੱਜ ਨੇ ਵੀਡੀਓ ਮਜ਼ੇਦਾਰ ਲੱਗ ਸੀ ਔਰ ਮਜ਼ਾ ਆਪਸੇ ਤਕੜੇ ਨਾ ਇੱਕ ਭੋਣਾ ਕਿ ਪੁਰਾਣੀਆਂ ਯਾਦਾਂ ਇਨਸਾਨੀਆਂ ਤਾਜ਼ਾ ਹੋ ਜਾਣੀਆਂ ਜਿਸ ਗ੍ਰਾਂ ਵਿੱਚ ਇਨਸਾਨ ਰਹਿਣਾ ਹੋਵੇ ਜਿੱਥੇ ਬਚਪਨ ਗੁਜ਼ਰਿਆ ਹੋਵੇ ਉਸ ਦੀਆਂ ਯਾਦਾਂ ਤਾਜ਼ਾ ਹੋ ਜਾਣੀਆਂ ਤਾਂ ਸਾਰੀ ਕੋਸ਼ਿਸ਼ ਹੋਣੀ ਹੈ ਕਿ ਹਮੇਸ਼ਾ ਤੁਸੀਂ ਨਵੀਂ ਤੋਂ ਨਵੀਂ ਜਗ੍ਹਾ ਔਰ ਨਵੀਂ ਤੋਂ ਨਵੀਂ ਜਿਹੜੀ ਚੀਜ਼ ਹੈ ਉਹ ਦੱਸਾਂ। ਅਤੇ ਮਗਲਾ ਡੈਮ ਮਾਤਾ ਸਿੰਘ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਤਾਂ ਖੈਰ ਸੁਲਾ ਨਹੀਂ ਦੇ ਸਕਣੇ, ਬਹਰਹਾਲ ਚਲੋ ਇੱਕ ਪੁਰਾਣੀਆਂ ਯਾਦਾਂ ਜੋ ਕਿ ਇੱਥੇ ਇਹਨਾਂ ਗ੍ਰਾਮਾਂ 'ਚ ਮੌਜੂਦ ਹੋਇਆ ਕਬਰਸਤਾਨ ਵਗੈਰਾ ਜੋ ਕੁਝ ਹੋਇਆ ਉਹ ਲਾਜ਼ਮੀ ਤੁਸਾਂ ਦੋਸਤਾਂ ਨਾਲ ਮੈਂ ਸ਼ੇਅਰ ਕਰਸਾਂ ਔਰ ਤੁਸਾਂ ਦੋਸਤਾਂ ਕੇ ਦੱਸਾਂ। ਠੀਕ ਹੈ, ਇਹ ਜਿਹੜੀਆਂ ਕਬਰਾਂ ਇਹ ਬੋੜੀ ਨੇ ਮੋਹਰੇ ਵਿੱਚ ਆਉਣੀਆਂ ਅਤੇ ਮੈਂ ਕੋਸ਼ਿਸ਼ ਕਰਸਾਂ ਕਿ ਬਾਕੀ ਅੱਗੇ ਹੀ ਜਿਹੜਾ ਕਬਰਸਤਾਨ ਹੈ ਬੋੜੀ ਨੇ ਮੋਹਰੇ ਦਾ ਉਹ ਹੀ ਦੱਸਾਂ। ਇਹ ਕੋਈ ਛੋਟਾ ਜਿਹਾ ਕਬਰਸਤਾਨ ਹੈ, ਕਈ ਦਫ਼ਾ ਹੋਣਾ ਸੀ ਗ੍ਰਾਮ ਵਿੱਚ ਕਿ ਆਪਣੇ ਇਲਾ ਦਾ ਇੱਕ ਕਬਰਸਤਾਨ ਹੋਣਾ ਸੀ। ਠੀਕ ਹੈ, ਆਪਣੀ ਫੈਮਿਲੀ ਨਾਲ ਇਲਾ ਦਾ ਕਬਰਸਤਾਨ ਹੋਣਾ ਸੀ। ਇਸ ਤਰੀਕੇ ਦੀਆਂ ਕੋਈ 4-5 ਕਬਰਾਂ ਜਿਹੜੀਆਂ ਕੁਛ ਨੇ ਆਪਣੇ ਫੈਮਿਲੀ ਦੀਆਂ ਹੋਈਆਂ ਕਬਰਾਂ। ਠੀਕ ਹੈ, ਇੱਥੇ ਮੈਂ ਮੌਜੂਦ ਹਾਂ ਬੋੜੀ ਨੇ ਮੋਹਰੇ ਅਤੇ ਅੱਗੇ ਹੁਣ ਜੁਲਸਾਂ ਤੁਸੀਂ ਅੱਗੇ ਨਹੀਂ ਵੀਡੀਓ ਦੱਸਾਂ ਅਤੇ ਯਕੀਨਨ ਅੱਜ ਦੀ ਵੀਡੀਓ ਤੁਸੀਂ ਪਸੰਦ ਆਪਸੀ ਪਸੰਦ ਆਈ ਤਾਂ ਜ਼ਰੂਰ ਮੈਨੂੰ ਦੱਸਿਆ ਔਰ ਮੇਰੀ ਹਮੇਸ਼ਾ ਹੀ ਇਹ ਰਿਕੁਐਸਟ ਹੋਣੀ ਹੈ ਕਿ ਤੁਸਾਂ ਭੈਣਾਂ ਭਰਾਵਾਂ ਵਾਸਤੇ ਟਾਈਮ ਕੱਢਣਾ ਔਰ ਜੇ ਨਾ ਤਾਂ ਵੀਡੀਓ ਕੇ ਮੁਕੰਮਲ ਵਾਚ ਕਰੇ। ਇਹ ਤਕੀ ਕਿਨੋ ਕਬਰਸਤਾਨ ਮਾਸ਼ਾਅੱਲਾ ਬੜਾ ਖੂਬਸੂਰਤ ਕਬਰਸਤਾਨ ਹੈ, ਨਾਲ ਹੀ ਇਸਨੇ ਦਰਬਾਰ ਹੈ। ਠੀਕ ਹੈ, ਇਸ ਲਈ ਥੋੜ੍ਹੀ ਜਿਹੀ ਤੁਸੀਂ ਵੀਡੀਓ ਦੱਸਾਂ, ਉਸ ਤੋਂ ਬਾਅਦ ਜੁਲਸਾਂ ਕੁਦਰ ਮਗਲਾ ਡੈਮ। ਠੀਕ ਹੈ, ਇਹ ਇਹ ਤਕਰੀਬਨ ਇਹ ਬੋੜੀ ਨੇ ਮੋੜੇ ਜੀ ਕਬਰਸਤਾਨ ਆਉਣਾ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ। ਇਹ ਜੀ ਚੀਜ਼ਾਂ ਤੱਕੀ ਤਾਂ ਖੁਸ਼ੀ ਹੋਣੀ ਹੈ ਜਿਹੜਾ ਇਹਨਾਂ ਚੀਜ਼ਾਂ ਦੀ ਹਿਫਾਜ਼ਤ ਕੀਤੀ ਜਾਏ ਕਬਰਾਂ ਦੀਆਂ। ਔਰ ਮੈਂ ਹਮੇਸ਼ਾ ਰਿਕੁਐਸਟ ਕਰਨਾ ਹੋਣਾ ਜਿਤਨੇ ਹੀ
ਹੈ ਵੋ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਕਬਰਾਂ ਡੈਮ ਨੇ ਨਜ਼ਰ ਹੋਈਆਂ ਉਹਨਾਂ ਨੇ ਦੇਖਭਾਲ ਜ਼ਰੂਰ ਕਰਿਆ ਕਰੋ, ਖਾਸ ਕਰ ਜਿਹੜਾ ਪਾਣੀਆਂ ਤੋਂ ਦੁਬਾਰਾ ਉਹ ਬਾਹਰ ਆਉਣੀਆਂ ਉਹਨਾਂ ਦਾ ਨਜ਼ਰ ਜ਼ਰੂਰ ਮਾਰਿਆ ਕਰੋ। ਤੇ ਦੋ ਪੂੜੀਆਂ ਨਿਕੀਆਂ। ਅੱਛਾ ਜੀ, ਇਹ ਤਾਂ ਕੀ ਕਿਨੂੰ ਇਹ ਬੜਾ ਇੰਨਾ ਪਿੱਛੇ ਰੁੱਲ ਹੀ ਨਾ ਸੀ ਗੰਡੋਇਆਂ ਵਿੱਚ ਸ਼ਿਕਾਰਾ ਤੋਂ ਪਹਿਲ ਇੰਨਾ ਤਾਂ ਰੁੱਲ ਹੀ ਨਾ ਸੀ ਕੋਈ ਨਿਖਿਆ। ਹੋਰ ਜੀ ਸਹੀ ਸਹੀ ਠੀਕ ਹੈ ਜ਼ਬਰਦਸਤ ਕੋਨੇ ਅੱਲਾਹ ਕਰੇ ਅੱਛੀ ਆਪਸੀ ਪਿਆਰ ਮੁਹੱਬਤ ਹੈ। ਤੇ ਮੈਂ ਦੱਸੋ ਉਹਨਾਂ ਵਾਕਈ ਕੁਛ ਕਰਨੀ ਸ਼ੁਗਰ ਮੇਲਾ ਲਾਣਾ ਹੈ। ਸ਼ੁਗਰ ਮੇਲਾ ਹੈ ਤਾਂ ਮੈਂ ਹੀ ਸ਼ੁਗਰ ਮੇਲੇ ਪਰ ਬੜਾ ਦਿਲ ਸੀ ਇਹਦੇ ਲੇਕਿਨ ਗਰਮੀ ਬਹੁਤ ਜ਼ਿਆਦਾ ਨਹੀਂ ਦਿਲ ਕਰਨਾ। ਤੇ ਬੜਾ ਮਿਹਰਬਾਨੀ ਤੁਸੀਂ ਸ਼ਿਕਾਰ ਕਰੋ, ਬਹੁਤ ਬੜਾ ਮਿਹਰਬਾਨੀ ਆ, ਥੈਂਕ ਯੂ। ਤੇ ਬਾਕੀ ਤੁਸੀਂ ਦੱਸਣਾ ਹੋ ਗਿਆ ਸ਼ਿਕਾਰ ਕਰਨ ਚ ਹੈ ਹੁਣ ਇੱਥੇ ਉਹ ਗੱਲ ਹੈ ਕਿ ਆਪਣਾ ਇਲਾਕੇ 'ਚ ਉਹ ਕਿਹਾ ਨਹੀਂ ਅਗਲੀ ਮਿਸਾਲ ਨਾ ਮੈਂ ਦੇਣਾ ਤੇ ਉਹ ਸਾਹਿਬ ਮਾੜਾ ਕਿ ਮਾੜਾ ਆਪਣਾ ਇਲਾਕਾ ਇੱਥੇ ਮੈਂ ਸ਼ਹਿਰ ਹੀ ਹਾਂ ਤੇ ਕੋਈ ਮਸਾ ਨਹੀਂ ਹੈ ਤੇ ਉੱਥੇ ਹੀ ਜੁਲਸਾਂ ਉਹਨਾਂ ਨਾਲ ਸਲਾਮ ਦੁਆ ਕਰਸਾਂ। ਉਸ ਤੋਂ ਬਾਅਦ ਇਹ ਨਾਲ ਹੀ ਵਿਕੀ ਕਬਰਸਤਾਨ ਦੱਸਣ ਲੱਗੇ ਹਾਂ, ਠੀਕ ਹੈ। ਯਕੀਨ ਕਰੋ ਕਿ ਉਹ ਮੈਂ ਹਮੇਸ਼ਾ ਆਉਣਾ ਹੋਣਾ ਕਿ ਇੱਕ ਆਪਣੇ ਇਲਾਕੇ ਆਪਣੇ ਗ੍ਰਹਾਂ 'ਚ ਇੱਕ ਮਿਕੀ ਇੱਕ ਜੋਸ਼ ਇੱਕ ਜਜ਼ਬਾ ਇੱਕ ਅਜੀਬ ਫੀਲਿੰਗ ਅੱਛੀ ਲੈਣੀ ਹੈ ਔਰ ਬੋਲਣੇ ਨਾ ਮਾਰਾ ਅੰਦਾਜ਼ ਅਜੀਬ ਜਿਹਾ ਹੋ ਜਾਣਾ ਕਿਉਂਕਿ ਮਿਕੀ ਇੱਕ ਉਹ ਇੱਕ ਪੁਰਾਣੀਆਂ ਇੱਕ ਆਪਣੀਆਂ ਯਾਦਾਂ ਆ ਜਾਣੀਆਂ ਕਿ ਇੱਥੇ ਅੱਛਾ ਇਹ ਨਾਲ ਦਰਬਾਰ ਹੋਣੇ ਸੀ। ਯਕੀਨ ਕਰੋ ਕਿ ਇੱਥੇ ਜਿਹੜਾ ਆਉਣੇ ਹੋਣੇ ਸਾ ਬੜਾ ਇੱਥੇ ਸ਼ਿਕਾਰ ਹੋਣਾ ਹੋਣਾ ਸੀ ਅਤੇ ਇੱਥੇ ਸਪੈਸ਼ਲ ਆਉਣੇ ਹੋਣੇ ਸਾ ਕਦੇ ਇਹ ਪਾਣੀਆਂ ਚਾਹੀਦੇ ਅਤੇ ਇਸ ਵਿੱਚ ਮੱਛੇ ਬੜਾ ਆਉਣੇ ਹੋਣੇ ਇੱਥੇ ਬਹਿਣੇ ਹੋਣੇ ਸਾ ਸ਼ਿਕਾਰ ਕਰਨੇ ਹੋਣੇ ਸਾ ਬੜਾ ਜ਼ਬਰਦਸਤ ਸ਼ਿਕਾਰ ਹੋਣਾ ਸੀ। ਬਾਕੀ ਇਹ ਤੁਸੀਂ ਕਬਰਸਤਾਨ ਹੈ ਇਸ ਕਬਰਸਤਾਨ ਨਾਲ ਬਿਲਕੁਲ ਇਹ ਪਾਣੀ ਕੋਲ ਹੈ ਅਤੇ ਇਸ ਕਬਰਸਤਾਨ ਇਹਨੇ ਤੁਸੀਂ ਵੀਡੀਓ ਦੱਸਾਂ ਔਰ ਮੈਂ ਇੱਕ ਰਿਕੁਐਸਟ ਕਰਸਾਂ ਅਗਰ ਤੁਸੀਂ ਦੂਰ ਹੋ ਪ੍ਰਦੇਸ਼ 'ਚ ਹੋ ਜਿੱਥੇ ਹੀ ਬੈਠੇ ਹੋ ਪਲੀਜ਼ ਪਲੀਜ਼ ਅੱਲਾ ਜ਼ਾਤ ਤੁਸਾਂ ਪਰ ਕਰਮ ਕਰਨ ਔਰ ਕੋਸ਼ਿਸ਼ ਕਰਿਆ ਕਰੋ ਅਗਰ ਤੁਸੀਂ ਪ੍ਰਦੇਸ਼ 'ਚ ਹੀ ਬੈਠੇ ਹੋ ਅਗਰ ਤੁਸੀਂ ਨਾ ਕੋਈ ਹੈ ਨਾ ਜਾਂ ਹੋਰ ਕੋਈ ਜਾਣੇ ਕੋਈ ਹੈ ਕਿ ਕਈ ਦਫਾ ਹੋਣਾ ਕਿ ਪੂਰੀ ਨਹੀਂ ਪੂਰੀ ਫੈਮਿਲੀ ਇੰਗਲੈਂਡ ਗਈ ਹੋਣੀ ਹੈ ਲੇਕਿਨ ਜ਼ਰੂਰ ਉਹਨਾਂ ਨੇ ਡਿਫਟੀ ਲਾਇਆ ਕਰੋ ਕਬਰਾਂ ਪਰ ਔਰ ਕਬਰਾਂ ਨੇ ਸੁਰਤ ਹਾਲ ਤੱਕੋ ਪਾਣੀ ਤੋਂ ਬਾਅਦ ਉਹਨਾਂ ਨੇ ਕਿਆ ਸੁਰਤ ਹਾਲ ਬਾਰ ਹਾਲ ਵੀਡੀਓ ਲੰਬੀ ਹੋਈ ਜੈਸੀ ਬਹੁਤ ਜ਼ਿਆਦਾ ਇਸ ਮਾਰੇ ਇਹ ਜਿਹੜਾ ਜਿਹੜਾ ਟੈਕਸੀ ਵੀਡੀਓ ਜਿਸ ਤਰ੍ਹਾਂ ਅੰਕਲ ਰਾਬਤਾ ਕੀਤਾ ਸੀ ਕਿ ਮੈਂ ਰਾਤ ਤੱਕ ਬੋਲਣਾ ਮੈਂ ਵਾਕਈ ਉਨੇ ਨਾ ਜਾਣਾ ਇਸ ਦਾ ਇਹ ਕਬਰਾਂ ਜਿਹੜੀਆਂ ਇਹ ਡਾਂਗਰੀ ਬਹਾਦਰ ਹੈ ਡਾਂਗਰੀ ਨਾ ਬਹਾਦਰ ਮੋਹਰਾ ਬੋੜੀ ਠੀਕ ਹੈ ਬੋੜੇ ਨੇ ਮੋੜੀ ਨਹੀਂ ਹੈ ਇਹ ਕਬਰਾਂ ਤੇ ਉਸ ਤੋਂ ਬਾਅਦ ਬਾਕੀ ਤੁਸੀਂ ਇੱਥੇ ਜੁਲਸਾਂ ਬੋਲਾ ਕਬਰਸਤਾਨ ਵਗੈਰਾ ਦੱਸਾਂ ਹੈ ਥੋੜ੍ਹੇ ਜਿਹੇ ਜੁਲਸਾਂ ਮੈਂ ਤੱਕਣੇ ਹਾਂ ਸਲਾਮ ਦੁਆ ਕਰਨਾ ਇਹ ਤਾਂ ਮੈਂ ਮੁੱਲੂ ਆਪਣੇ ਇਲਾਕੇ ਨੇ ਦੱਸਣ ਲੱਗੇ ਹਾਂ ਆਪਣੇ ਸਿਟੀ ਨੇ ਦੱਸਣ ਲੱਗੇ ਹਾਂ ਇਹ ਜੇ ਨੌਜਵਾਨ ਹਾਂ ਤੱਕੀ ਕਿਨੋ ਸਿਟੀ ਹੋ ਆਏ ਹਾਂ ਇੱਥੇ ਮੱਛੀ ਲੱਭਣੇ ਤਾਂ ਮੈਂ ਹਾਲੇ ਕਾਫੀ ਦੂਰ ਹਾਂ ਤੁਸੀਂ ਕੈਮਰੇ 'ਚ ਦਿਸਣਾ ਹੋ ਸੀ ਇਹ ਕਾਫੀ ਦੂਰ ਤਾਂ ਮਲਕ ਸਾਹਿਬ ਫੁੱਲ ਮਸਤੀ 'ਚ ਹਾਂ ਬਹੁਤ ਮਸਤੀ 'ਚ ਇਹਨਾਂ ਨੇ ਮਸਤੀ ਅੱਲਾ ਪਾ ਖੈਰ ਕਰੇ ਤਾਂ ਪਾਇੜਾ ਕੋਈ ਨਾ ਕੋਈ ਕੱਢੀ ਜਾਂਦਾ ਮੈਂ ਤੋ ਇਹ ਤੱਕੋ ਜੀ ਪਾਇੜਾ ਇਹ ਸ਼ਿਕਾਰ ਕਰੀ ਕਿੰਦਾ ਠੀਕ ਹੈ
ਸ਼ਿਕਾਰ ਕਰਨ ਵਾਲਾ ਕਿਸਮਤ ਮਾਂ ਇਹਨਾਂ ਮੁੜਿਆ ਕੀ ਦੌੜ ਤੇ ਦੇਈ ਜਾ ਅਲਾ ਇਹ ਬਾਸਨ ਵੀ ਤੇ ਲੱਗਾ ਕਹਨੇ ਦੌੜਾ ਨਾ ਹੋਰ ਤੱਕ ਜਿਨੇ ਹੋ ਤੱਕ ਬਲੇ ਕਾਜੀ ਜੀ ਤੁਸੀਂ ਕਰੀਏ ਸ਼ਿਕਾਰੀ ਉਹ ਸਭ ਪੁਰਾਣੇ ਸ਼ਿਕਾਰੀਆਂ ਇਹ ਹੁਣ ਇਹ ਜਨਾ ਬਾਸੀ ਕਿ ਇਸ ਦੌੜਾ ਦਾ ਕਹਿ ਲੱਗਾ ਠੀਕ ਹੈ ਵਕਤ ਗੁਜ਼ਰ ਗਿਆ ਇਹ ਤਾਂ ਦੌੜ ਜੋੜੀਏ ਮੈਂ ਛੱਟੀ ਠੀਕ ਹੈ ਇਹ ਜਨਾ ਬਾਸੀ ਇਸ ਕੋਲ ਮੈਂ ਦੁਕਾਨ ਪਰ ਪੁੱਛਾਂ ਕਿ ਇਸ ਦੌੜਾ ਨਾਲ ਕਿਆ ਸ਼ਿਕਾਰ ਹੋਇਆ ਕਿਉਂਕਿ ਅਸਾਂ ਲੇਟ ਹਾਲ ਇੱਕ ਬੋਲੇ ਕਬਰਸਤਾਨੀ ਵੀਡੀਓ ਰਹਿ ਗਈ ਹੈ ਬੋਹਨੀ ਵੀਡੀਓ ਰਹਿ ਗਈ ਹੈ ਦਮਾਲਾ ਆਪਣੇ ਵੀਡੀਓ ਮਾਰਨੀ ਰਹਿ ਗਈ ਹੈ ਤਾਂ ਜੁਲਸਾਂ ਉੱਧਰ ਮਿਹਰਬਾਨੀ ਥੈਂਕ ਯੂ ਇਹ ਜਿਹੜੀਆਂ ਕਬਰਾਂ ਬਿਲਕੁਲ ਇਹਨਾਂ ਨੇ ਕੋਲ ਪਾਣੀ ਆ ਗਿਆ ਇਸ ਕਬਰਸਤਾਨ ਨੇ ਪਾਣੀ ਬਿਲਕੁਲ ਕੋਲ ਆ ਗਿਆ ਇਹ ਕਬਰਾਂ ਬੋਰੀ ਨਾ ਮੋਰਾ ਡਾਂਗਰੀ ਬਹਾਦਰ ਇਹ ਜਿਹਾ ਕਬਰਸਤਾਨ ਹੈ ਦੋ ਕਬਰਾਂ ਇਹ ਬਿਲਕੁਲ ਮਗਲਾ ਡੈਮ ਵਿੱਚ ਘੱਲੀਆਂ ਇਹ ਲਈ ਜਿਹੜੀ ਮਸਜਿਦ ਹੈ ਇਹ ਮੁੱਲਾਂ ਨੇ ਮੋੜੇ ਨੇ ਗ੍ਰਾਂ ਨੇ ਇਸੇ ਨਾਲ ਗ੍ਰਾਂ ਹੋਣਾ ਸੀ ਬੋਆ ਕਲਿਆਤਰਾ ਠੀਕ ਹੈ ਇਹ ਨਿੱਕੇ ਛੋਟੇ ਛੋਟੇ ਗ੍ਰਾਂ ਔਰ ਕਾਫੀ ਜ਼ਿਆਦਾ ਇਹ ਸਾਰੇ ਜਿੰਨੇ ਗ੍ਰਾਂ ਸੀ ਬੋਏ ਵਿੱਚ ਆਉਣੇ ਸਨ ਬੋਲਾ ਤੁਸੀਂ ਨਜ਼ਰ ਆਉਣਾ ਸੀ ਬੜਾ ਕਬਰਸਤਾਨ ਲੇਕਿਨ ਇਸਨੇ ਸੁਰਤ ਹਾਲ ਤੱਕ ਕਿਨੂੰ ਇਸਨੇ ਮੈਂ ਅੰਦਰ ਨਾ ਜਾਣਾ ਅੰਦਰ ਤਾਂ ਅੰਦਰ ਨਾ ਜਾਣਾ ਮੌਸਮ ਡੇਂਜਰਸ ਹੈ ਡੰਗ ਢਾਲਾ ਨਾ ਮੌਸਮ ਹੈ ਜਿਸ ਵਜ੍ਹਾ ਤੋਂ ਇੱਥੇ ਅੰਦਰ ਜਾਣਾ ਮੁਸ਼ਕਲ ਹੈ ਤੱਕੀ ਕਿਨੂੰ ਸੁਰਤ ਹਾਲ ਜੇ ਮੈਂ ਅਗਰ ਇੱਥੋਂ ਰਾਹ ਦੱਸਿਆ ਹੈ ਲੇਕਿਨ ਨਹੀਂ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਡੰਗ ਢਾਲਾ ਨਾ ਮੌਸਮ ਹੈ ਤਾਂ ਪੂਰੇ ਕਬਰਸਤਾਨ ਉੱਪਰ ਇਹ ਮੈਂ ਕੈਮਰਾ ਮਾਰੇ ਛੋੜਨਾ ਇਹ ਬੋਲਾ ਕਬਰਸਤਾਨ ਹੈ ਠੀਕ ਹੈ ਉਹ ਇਹ ਬੋਲੀਆਂ ਕਬਰਾਂ ਇਸ ਸਾਹਮਣੇ ਦਿਸਣੀਆਂ ਇਹ ਤਾਂ ਕਿ ਇਹ ਬੋਹਲਾ ਕਬਰਸਤਾਨ ਹੈ ਬੋਹਲਾ ਕਬਰਸਤਾਨ ਹੋਣਾ ਸੀ ਦੋ ਸਾਈਡ ਰੋਡ ਵਿਚਕਾਰ ਸੀ ਦੋਵਾਂ ਸਾਈਡਾਂ ਕਬਰਾਂ ਹੋਣੀਆਂ ਸਨ ਲੇਕਿਨ ਉਸ ਕਬਰਸਤਾਨ ਨੇ ਤੁਸੀਂ ਵੀਡੀਓ ਦੱਸੀ ਹੈ ਉਸ ਸਫਾਈ ਵਗੈਰਾ ਨਹੀਂ ਹੋਈ ਬਹੁਤ ਜ਼ਿਆਦਾ ਉਸ ਵਿੱਚ ਗੰਦ ਵਗੈਰਾ ਸੀ ਤਾਂ ਡੰਗ ਢਾਲਾ ਮੌਸਮ ਸੀ ਜਿਸ ਵਜ੍ਹਾ ਸੁਣਾ ਗਿਆ ਅਤੇ ਇਹ ਕਬਰਾਂ ਬਿਲਕੁਲ ਸਾਫ਼ ਸੁਥਰੀਆਂ ਔਰ ਬਿਲਕੁਲ ਇੱਧਰ ਘਾਹ ਵਗੈਰਾ ਨਹੀਂ ਸੀ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜੇ ਪਰਦੇਸੀ ਜਿਨ੍ਹਾਂ ਦੀਆਂ ਕਬਰਾਂ ਇੱਥੇ ਹੋਸਨ ਚਲੋ ਇਹ ਦੱਸੀ ਹੋਣਾ ਲੇਕਿਨ ਇੱਕ ਹਮੇਸ਼ਾ ਰਿਕੁਐਸਟ ਮੈਂ ਅੱਗੇ ਹੀ ਵੀਡੀਓ ਹੀ ਕੀਤੀ ਹੈ ਔਰ ਹਮੇਸ਼ਾ ਕਰਨਾ ਹੋਣਾ ਕਿ ਕੋਸ਼ਿਸ਼ ਕਰਿਆ ਕਰੋ ਜਿੱਥੇ ਮਰਜ਼ੀ ਤੁਸੀਂ ਪਰਦੇਸ਼ 'ਚੋਂ ਲੈ ਕੇ ਤੁਸੀਂ ਦਿਲ ਆਪਣੇ ਦੇਸ਼ ਵਿੱਚ ਦੜਕਣੇ ਤੁਸੀਂ ਇੱਥੇ ਦਿਲ ਤੁਸਾਂ ਨੇ ਤਾਂ ਕੋਸ਼ਿਸ਼ ਕਰਿਆ ਕਰੋ ਅਗਰ ਉੱਥੋਂ ਇਸ ਜਿੱਥੇ ਕਬਰਸਤਾਨ ਹੈ ਖਾਸ ਕਰ ਜਿਹੜੇ ਮੰਗਲਾ ਡੈਮ ਨੇ ਨਜ਼ਰ ਹੋ ਜਾਣੇ ਉਹਨਾਂ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਕੋਈ ਨਾ ਕੋਈ ਹਫਾਜ਼ਤੀ ਇੰਤਜ਼ਾਮ ਕੀਤਾ ਜਾਏ ਔਰ ਜਿੱਥੇ ਪਰਦੇਸ ਹੋ ਕਿ ਕੁਛ ਨਾ ਕੁਛ ਡਿਊਟੀ ਲਾਇਆ ਕਰੋ ਕਿ ਮੈਂ ਜ਼ਿਕਰ ਕੀਤਾ ਕਿ ਡਿਊਟੀ ਲਾਇਆ ਕਰੋ ਕਬਰਸਤਾਨ ਜਾਣ ਔਰ ਕਬਰਾਂ ਨੇ ਸਫਾਈ ਵਗੈਰਾ ਕਰੀ ਛੋੜਨ ਉਸ ਤੋਂ ਬਾਅਦ ਬਾਕੀ ਹੁਣ ਜੁਲਸਾਂ ਬੋਹਲੀ ਸਾਈਡ ਇਹ ਤੁਸੀਂ ਬੋਹਲਾ ਕਬਰਸਤਾਨ ਨੇ ਜਿਹੜੀ ਵੀਡੀਓ ਬੈਂਗ ਮੁਕੰਮਲ ਤੁਸੀਂ ਵੀਡੀਓ ਦੱਸਾਂ ਇੱਕ ਇੱਕ ਕਬਰਾਂ ਦੀ ਵੀਡੀਓ ਦੱਸਾਂ ਲੇਕਿਨ ਯਕੀਨ ਕਰੋ ਕਿ ਬਹੁਤ ਜ਼ਿਆਦਾ ਕਾਵ ਹੈ ਜਿਹਦਾ ਤੁਸੀਂ ਵੀਡੀਓ 'ਚ ਹੀ ਦੱਸਣਾ ਵੈ ਕਿ ਕਿਸ ਵੇਲੇ ਹਾਲ ਹੈ ਲੇਕਿਨ ਜਿੱਥੇ ਜੀਆਂ ਮੈਂ ਹਮੇਸ਼ਾ ਕੋਸ਼ਿਸ਼ ਹੋਣੀ ਆ ਪਰਦੇਸੀਆਂ ਵਾਸਤੇ ਜਿੱਥੇ ਜੀਆਂ ਮਾੜੇ ਕੋਲ ਪੁੱਜਣ ਹੋਵੇ ਉੱਥੇ ਜੀਆਂ ਜਾਂ ਜਿਸ ਅੰਕਲ ਆਫਤਾਬ ਆਖਿਆ ਸੀ ਇਸੇ ਮੈਂ ਕੋਸ਼ਿਸ਼ ਕੀਤੀ ਹੈ ਕਿ ਬਹੁਤ ਨਹੀਂ ਵੀਡੀਓ ਬਣਾ ਔਰ ਕੋਸ਼ਿਸ਼ ਕੀਤੀ ਹੈ ਕਿ ਅੱਛੀ ਤੋਂ ਅੱਛੀ ਬਣਾ ਟਾਈਮ ਹੀ ਕੱਢਿਆ ਤਾਂ ਬੜੀ ਮਿਹਰਬਾਨੀ ਅੰਕਲ ਤੁਸੀਂ ਰਾਬਤਾ ਕੀਤਾ ਅਤੇ ਬਾਕੀ ਹੁਣ ਤੁਸਾਂ ਨੇ ਘਰਾਂ ਦਾ ਜੁਲਸਾਂ ਟਾਈਮ ਬੜਾ ਸ਼ਾਰਟ ਜਿਹਾ ਵੈ ਕਾਫੀ ਜ਼ਿਆਦਾ ਟਾਈਮ ਹੋ ਗਿਆ ਅਤੇ ਹੁਣ ਜੁਲਸਾਂ ਉੱਧਰ ਉੱਧਰ ਤੁਸੀਂ ਥੋੜ੍ਹੀ ਵੀਡੀਓ ਦੱਸਾਂ ਟੈਂਕੀ ਵਗੈਰਾ ਨਹੀਂ ਬੋਰ ਬਾਕੀ ਵੀਡੀਓ ਤੁਸੀਂ ਦੱਸਾਂ ਦੱਸੋ ਨਾਲ ਤਾਂ ਜੁਲਨੇ ਹੁਣ ਬੋਲੀ ਸਾਈਡ ਠੀਕ ਹੈ
ਟੈਂਕੀ ਵਗੈਰਾ ਕੋਲ ਜੁਲਨੇ ਆ ਤਾਂ ਫਿਰ ਉੱਥੇ ਮੈਂ ਯਾਦਾਂ ਪੁਰਾਣੀਆਂ ਤਾਜ਼ਾ ਕਰਨੇ ਆ। ਇਹ ਬਹੁਤ ਅਕਲਾਂ ਨੇ ਟੈਂਕੀ ਹੋਣੀ ਸੀ ਜਿੱਥੋਂ ਗ੍ਰਾਂ ਨੇ ਪਾਣੀ ਜਾਣਾ ਹੋਣਾ ਸੀ। ਇਸ ਸਾਈਡ ਹੀ ਗ੍ਰਾਂ ਸੀ, ਉਸ ਸਾਈਡ ਹੀ ਗ੍ਰਾਂ ਸੀ, ਨਾਲ ਹੀ ਕਬਰਸਤਾਨ ਹੈ, ਨਾਲ ਹੀ ਇਸ ਟੈਂਕੀ ਨੇ ਦੁਕਾਨਾਂ ਹੋਣੀਆਂ ਸੀ। ਬਹੁਤ ਬੜਾ ਬਾਜ਼ਾਰ ਹੈ ਤਨੀ ਸੀ, ਲੇਕਿਨ ਦਰਮਿਆਨਾ ਜਿਹਾ ਬਾਜ਼ਾਰ, ਜ਼ਰੂਰਤ ਨਹੀਂ ਹਰ ਚੀਜ਼ ਲੱਭੀ ਜਾਣੀ ਸੀ। ਬਾਕੀ ਇਹ ਗ੍ਰਾਂ ਦੀ ਹਾਲਤ ਤੁਸਾਂ ਦੇ ਸਾਹਮਣੇ ਮੈਂ, ਲੇਕਿਨ ਫਿਰ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰਦਾ ਅੱਗੇ ਜੁਲਨੇ ਨਹੀਂ, ਜੋ ਕਿ ਇੱਥੇ ਮੌਜੂਦ ਹੈ, ਸਾਡੀ ਹਮੇਸ਼ਾ ਕੋਸ਼ਿਸ਼ ਹੋਣੀ ਹੈ ਉਹ ਤੁਸੀਂ ਦੱਸਾਂ। ਅਤੇ ਹੁਣ ਜੁਲਨੇ ਹਾਂ ਗ੍ਰਾਂ ਦਰ, ਇਹ ਬੋਨੇ ਗ੍ਰਾਂ ਵਿੱਚ ਮੈਂ ਦਾਖਲ ਹੋ ਚੁੱਕਿਆ, ਠੀਕ ਹੈ। ਬੋਨੇ ਗ੍ਰਾਂ ਨੇ ਤੁਸੀਂ ਵੀਡੀਓ ਦੱਸਾਂ, ਅਤੇ ਅੱਜ ਬੜਾ ਜ਼ਬਰਦਸਤ ਰਿਹਾ ਉਹ ਵੀਡੀਓ ਤੁਸੀਂ, ਮੈਂ ਇਲਾਹਦਾ ਦੱਸਾਂ। ਹੈਡ ਮਾਸਟਰ ਜੈਬ ਸਾਹਿਬ ਨਾਲ ਅਚਾਨਕ ਜਿਹੜੀ ਮੁਲਾਕਾਤ ਹੋਈ ਹੈ ਅਤੇ ਜਿਹੜੀ ਉਹਨਾਂ ਗੱਲਬਾਤ ਕੀਤੀ ਹੈ ਉਹ ਤੁਸੀਂ ਸ਼ੇਅਰ ਇਲਾਹਦਾ ਕਰਸਾਂ, ਉਹ ਇਲਾਹਦਾ ਕਰਸਾਂ, ਠੀਕ ਹੈ। ਮਾਸ਼ਾਅੱਲਾ ਇਤਫਾਕ ਹੋਇਆ ਔਰ ਬੜੀ ਜ਼ਬਰਦਸਤ ਉਹਨਾਂ ਗੱਲਬਾਤ ਹੋਈ ਹੈ। ਲੇਕਿਨ ਇਹ ਤਾਂ ਬਹੁਤ ਹੈ, ਜਿਹੜੇ ਕੋਈ ਮਕਾਨ ਵਗੈਰਾ ਹੈ ਸਨ ਹੁਣ ਜਾਈ ਗੱਲ ਹੈ, ਇੱਕ ਤਾਂ ਡੰਗ ਢਾਲ ਹੈ ਨਾ ਮੌਸਮ ਹੈ। ਤੁਸੀਂ ਪਹਿਲਾਂ ਦੱਸਿਆ ਕਿ ਮੈਂ ਕਬਰਸਤਾਨ ਇੱਥੇ ਹੀ ਨਾ ਗਿਆ, ਤਾਂ ਕਿ ਕਾਫੀ ਜ਼ਿਆਦਾ ਸੀ ਇਹ ਘਾਹ ਵਗੈਰਾ, ਅਤੇ ਜਿਸ ਦੀ ਵਜ੍ਹਾ ਤੋਂ ਬੜੇ ਮੁਸ਼ਕਿਲ ਹੋ ਜਾਣੀ ਹੈ, ਕਿਉਂ ਕਿ ਡੰਗ ਢਾਲ ਹੈ ਨਾ ਮੌਸਮ ਹੈ, ਅਤੇ ਇਤਿਆਤ ਕਰਨੀ ਚਾਹੀਦੀ ਹੈ ਟੈਂਕੀ ਵਗੈਰਾ, ਠੀਕ ਹੈ। ਹੁਣ ਗ੍ਰਾਂ ਨੇ ਜਿਹੜੀ ਸੂਰਤ ਹਾਲ ਹੈਗਾ ਉਸ ਜਾਈ ਗੱਲ ਨਹੀਂ ਲੱਭੀ, ਜਿਸਾ ਸਾਰਾ ਹੈਗਾ 20-25 ਮਿੰਟਾਂ 'ਚ ਪੂਰਾ ਗ੍ਰਾਂ ਇਨਸਾਨ ਫੇਰੀ ਕਿੰਨਾ ਸੀ, ਔਰ ਭੈਣਾਂ ਭਰਾਵਾਂ ਨਾਲ ਦਸਤੀ ਮੁਲਾਕਾਤ ਹੋ ਜਾਣੀ ਸੀ, ਔਰ ਨੰਗੜੀਆਂ ਜਾਣੀਆਂ ਮੁਲਾਕਾਤ ਹੋ ਜਾਣੀ ਸੀ। ਜਿਸਾ ਉਹਨਾਂ ਗੱਲ ਕੀਤੀ ਜੇ ਤੁਸੀਂ ਉਹਨਾਂ ਵੀਡੀਓ ਤੱਕਸੋ ਤਾਂ ਤੁਸੀਂ ਪਤਾ ਲੱਗ ਸੀ ਇਹ ਕਿ ਕਿਤਨੇ ਅਸਾਂ ਮਗਲਾ ਡੈਮ ਮੈਂ ਤਸਰੀਨ ਕਿਤਨੇ ਅਸਾਂ ਦੁੱਖੇ ਹਾਂ। ਦੁੱਖੇ ਤੋਂ ਮਤਲਬ ਇਹ ਹੈ ਕਿ ਜਿਹੜਾ ਆਪਣਾ ਘਰ ਬਾਰ ਛੋੜਨਾ ਬਹੁਤ ਹੀ ਮੁਸ਼ਕਲ ਕੰਮ ਹੈ, ਬਹੁਤ ਹੀ ਮੁਸ਼ਕਲ ਕੰਮ ਹੈ। ਅਤੇ ਇਹ ਤਾਂ ਮੈਂ ਆਇਆ ਜਿੱਥੇ ਜੀਆਂ ਮੇਰੀ ਮੁਲਾਕਾਤ ਹੈ, ਇਹ ਮਸਜਿਦ ਹੈ, ਠੀਕ ਹੈ। ਮਸਜਿਦ ਜੋ ਕਿ ਇੱਥੇ ਮੁਲਾਕਾਤ ਹੈ ਉਹ ਹੀ ਦੱਸਾਂ, ਔਰ ਜਿਹੜੀ ਚੀਜ਼ ਇੱਥੇ ਮੌਜੂਦ ਹੈ ਅਤੇ ਉਹ ਹੀ ਤੁਸੀਂ ਦੱਸਾਂ। ਲੇਕਿਨ ਟਾਈਮ ਕਾਫੀ ਜ਼ਿਆਦਾ ਹੋ ਗਿਆ ਅੱਜ ਨਾ, ਬਹੁਤ ਜ਼ਿਆਦਾ ਟਾਈਮ ਹੋ ਗਿਆ ਕਿ ਪੂਰੀ ਦਿਹਾੜ ਜੁੰਮੇ ਤੋਂ ਬਾਅਦ 4 ਵਜੇ ਨੇ 3 ਵਜੇ ਨੇ ਆਏ ਸਾਂ ਜੁੰਮੇ ਤੋਂ ਬਾਅਦ, ਲੇਕਿਨ ਪੂਰੀ ਦਿਹਾੜ ਅੱਜ ਲੱਗੀ ਗਈ ਹੈ। ਉਸ ਤੋਂ ਬਾਅਦ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਡਮਾਲਨੀ ਵੀਡੀਓ, ਮੈਂ ਕੋਸ਼ਿਸ਼ ਕਰਸਾਂ ਕਿ 10-15 ਮਿੰਟ ਨਾਲ ਮਗਲਾ ਡੈਮ ਤੁਸੀਂ ਦੱਸਾਂ ਕੁੱਥੇ ਵੈ, ਅਤੇ ਉਹ ਵੀਡੀਓ ਬਣਾਉਣੀ। ਥੋੜ੍ਹਾ ਜਿਹਾ ਹੁਣ ਕੈਮਰਾ ਮਾਰਾਂ ਤੇਜ਼ ਫਿਟ ਸੀ, ਇਹ ਦੇਖ ਇਹ ਹੁਣ ਕਬਰਾਂ, ਠੀਕ ਹੈ। ਉਸ ਤੋਂ ਬਾਅਦ ਜਿੱਥੇ ਜੀਆਂ ਮੱਛਰ ਨਾਲ ਹੀ ਇਹ ਅਸਲ ਹੁਣ ਘਾਹ ਬਹੁਤ ਜ਼ਿਆਦਾ ਵੈ, ਅਤੇ ਜਿਸ ਵਜ੍ਹਾ ਤੋਂ ਮੈਂ ਹਮੇਸ਼ਾ ਆਉਣਾ ਕਿ ਜਾਈ ਗੱਲ ਦੂਸਰਿਆਂ ਕੇ ਪੈਗਾਮ ਦਿਓ ਕਿ ਇਤਿਆਤ ਕਰੋ ਤਾਂ ਆਪੂ ਇਤਿਆਤ ਨਾ ਕਰੋ, ਤਾਂ ਉਸ ਚੀਜ਼ ਦਾ ਮਕਸਦ ਨਹੀਂ ਹੋਣਾ। ਮੈਂ ਜਿਸਾ ਦੂਸਰਿਆਂ ਕੇ ਆਉਣਾ ਇਤਿਆਤ ਕਰੋ, ਇਸੇ ਦਾ ਆਪੂ ਇਤਿਆਤ ਕਰਨਾ ਹੋਣਾ, ਅਤੇ ਫਿਰ ਦੂਸਰਿਆਂ ਆਖੋ ਤਾਂ ਉਸ ਚੀਜ਼ ਦਾ ਮਜ਼ਾ ਹੀ ਕਿਜੋੜ। ਇੱਥੇ ਮਾੜੇ ਸਾਹਿਬ 'ਚ ਇੱਥੇ ਕੁਦੇ ਅੰਕਲ ਨਾ ਘਰ ਉਹ ਬੰਨਾ ਜਿੱਥੇ ਜੀਆਂ ਮਾੜੇ ਕੈਸ ਹੈ, ਲੇਕਿਨ ਮੈਂ 4 ਸਵੇਰੇ ਇਸ ਪਰ ਕੈਮਰਾ ਮਾਰਸਾਂ ਅਤੇ ਜਿੱਥੇ ਹੀ ਉਹਨਾਂ ਨਾਲ ਘਰ ਹੋਇਆ ਇਹ ਜਿਹੜੀ ਮਸਜਿਦ ਸੀ ਬੋਲੀ, ਠੀਕ ਹੈ, ਅਸਾਂ ਉਸ ਵੀ ਮੌਜੂਦ ਹਾਂ, ਉਸ ਉੱਪਰ ਮੈਂ ਮੌਜੂਦ ਹਾਂ। ਉਸ ਤੋਂ ਬਾਅਦ ਇਸ ਨਾਲ
ਇਹ ਜਿਹੜੀ ਕੱਬੜ ਹੈ ਠੀਕ ਹੈ। ਉਸ ਤੋਂ ਬਾਅਦ ਦੋਸਤਾਂ ਕੋਲੋਂ ਹੁਣ ਮੈਂ ਇਜਾਜ਼ਤ ਕਿੰਸਾਂ, ਇਜਾਜ਼ਤ ਕਿੰਸਾਂ ਕੀ ਹੈ ਕਿ ਆਨੀ ਵੀਡੀਓ ਕਾਫੀ ਲੰਬੀ ਹੋ ਗਈ ਹੈ ਅਤੇ ਜ਼ਿੰਦਗੀ ਰਹੀ ਅਤੇ ਸਮਾਂ ਸਾਹ ਦਿੱਤਾ ਅਤੇ ਨਈ ਜਗ੍ਹਾ ਨਈ ਵੀਡੀਓ ਨਾਲ ਮੁਲਾਕਾਤ ਸੀ। ਇਹ ਤਾਂ ਜੀ ਦਰਬਾਰ ਉਸ ਤੋਂ ਬਾਅਦ ਤੁਸਾਂ ਦੋਸਤਾਂ ਕੋਲ ਇਜਾਜ਼ਤ ਕਿੰਸਾਂ ਇਹ ਬੋਝ ਨੇ ਮੈਂ ਚਾਰ ਛੇ ਕੈਮਰਾ ਮਾਰੀ ਤਾਂ ਇਜਾਜ਼ਤ ਕਿੰਸਾਂ ਗੱਲ ਉਗਾ ਜਾਣਾ ਹੋਣਾ ਜ਼ਿੰਦਗੀ ਦੇ ਸਮਾਂ ਸਾਧ ਤਾਂ ਨਈ ਜਗ੍ਹਾ ਨਈ ਵੀਡੀਓ ਮੁਲਾਕਾਤ ਤੁਸੀਂ ਅੱਲਾ ਸੋਹਣੇ ਵਾਲਾ।